ਹੈਲੋ ਦੋਸਤੋ, ਫਾਰਮਿੰਗ ਲੈਂਡ ਚੈਨਲ ਵਿੱਚ ਅੱਜ ਤੁਹਾਡਾ ਸਵਾਗਤ ਹੈ। ਦੋਸਤੋ, ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੈਂ ਅੱਗੇ ਤੋਂ ਹੋਰ ਵੀ ਵਧੀਆ ਵਧੀਆ ਵੀਡੀਓ ਤੁਹਾਨੂੰ ਦੇ ਸਕਾਂ। ਦੋਸਤੋ, ਅੱਜ ਗੱਲ ਕਰਾਂਗੇ ਪਸ਼ੂਆਂ ਦੇ ਪੈਰਾਂ ਦੀ ਬਿਮਾਰੀ ਦੇ ਬਾਰੇ ਕਿ ਪਸ਼ੂਆਂ ਦੀ ਪੈਰਾਂ ਦੀ ਬਿਮਾਰੀ ਦੇ ਕੀ ਕਾਰਨ ਆ, ਕੀ ਲੱਛਣ ਆ ਅਤੇ ਕੀ ਇਲਾਜ ਆ ਇਹਦੇ ਜੀ। ਅੱਛਾ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜੀ ਕਿ ਇਹਨਾਂ ਦੇ ਕਾਰਨ ਕੀ ਹੁੰਦੇ ਆ। ਪਸ਼ੂਆਂ ਦੇ ਪੈਰ ਖਰਾਬ ਹੋਣ ਦੇ ਕਾਰਨ ਹੁੰਦੇ ਆ ਕਿ ਗਿੱਲੇ ਜਗ੍ਹਾ 'ਤੇ ਜ਼ਿਆਦਾ ਰਹਿਣਾ, ਫਰਸ਼ 'ਤੇ ਜ਼ਿਆਦਾ ਰਹਿਣਾ ਪਸ਼ੂ ਨੇ, ਉਹਦੇ ਨਾਲ ਪੈਰ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ। ਥੱਲੇ ਸਫਾਈ ਨਹੀਂ ਹੁੰਦੀ ਜਦੋਂ, ਉਦੋਂ ਵੀ ਪਸ਼ੂਆਂ ਦੇ ਪੈਰ ਬਹੁਤ ਜ਼ਿਆਦਾ ਖਰਾਬ ਹੁੰਦੇ ਆ ਜੀ। ਅਤੇ ਅੱਗੇ ਤੁਹਾਨੂੰ ਮੈਂ ਇੱਕ ਹੁਣ ਵੀਡੀਓ ਦਿਖਾ ਰਿਹਾ ਵਾਂ, ਇਹਦੇ ਵਿੱਚ ਦੇਖੋ ਕਿ ਆ ਪੈਰ ਕਿੰਨੇ ਖਰਾਬ ਹੋਏ ਪਏ ਪਸ਼ੂ ਦੇ। ਪਰ ਆ ਦੇਖਿਓ, ਥੱਲੇ ਫਰਸ਼ ਹੈ, ਗਿੱਲੀ ਜਗ੍ਹਾ ਹੈ, ਇਹਦੇ ਕਰਕੇ ਪਸ਼ੂਆਂ ਦੇ ਪੈਰ ਬਹੁਤ ਜ਼ਿਆਦਾ ਖਰਾਬ ਹੁੰਦੇ ਆ ਦੋਸਤੋ। ਇਸ ਲਈ ਜੇ ਪਸ਼ੂਆਂ ਦੇ ਪੈਰ ਖਰਾਬ ਹੋ ਗਏ ਆ ਤਾਂ ਉਹਨਾਂ ਦੇ ਲੱਛਣ ਕੀ ਆ ਕਿ ਪਸ਼ੂ ਲੰਗੜਾਉਣ ਲੱਗ ਪੈਂਦਾ ਵਾ, ਪਸ਼ੂ ਜ਼ਿਆਦਾਤਰ ਬੈਠਾ ਰਹਿੰਦਾ ਵਾ, ਲਿੱਸਾ ਹੋਣਾ ਸ਼ੁਰੂ ਹੋ ਜਾਂਦਾ, ਦੁੱਧ ਘੱਟ ਜਾਂਦਾ ਜੀ। ਅਤੇ ਜਦੋਂ ਪਸ਼ੂਆਂ ਦਾ ਲੱਛਣ ਇਹੋ ਜਿਹੇ ਦਿਸਣ ਲੱਗ ਪੈਂਦਾ, ਪਸ਼ੂ ਨੂੰ ਇਹੋ ਜਿਹੀ ਸੁੱਕੀ ਜਗ੍ਹਾ 'ਤੇ, ਕੱਚੀ ਜਗ੍ਹਾ 'ਤੇ ਬੰਨਣਾ ਵਾ, ਗਿੱਲੀ ਜਗ੍ਹਾ 'ਤੇ ਨਹੀਂ ਬੰਨਣਾ। ਅਤੇ ਇਹਦਾ ਇਲਾਜ ਕੀ ਆ ਦੋਸਤੋ? ਇਲਾਜ ਇਹਦਾ, ਇੱਕ ਤਾਂ ਪੈਰਾਂ ਦੀ ਸਫਾਈ ਕਰ ਦਿਓ ਜੀ, ਇੱਕ ਸਾਫ ਜਗ੍ਹਾ 'ਤੇ ਬੰਨੋ, ਇੱਕ ਡੀਜ਼ਲ ਤੇਲ ਪਾਉਣਾ ਸ਼ੁਰੂ ਕਰ ਦਿਓ ਪੈਰਾਂ 'ਤੇ। ਅਤੇ ਨਾਲ ਹੀ ਇਹ ਦਵਾਈਆਂ ਨਾਲ ਨਹੀਂ ਇਹਦਾ ਇਲਾਜ ਹੁੰਦਾ, ਇਹਦਾ ਇਲਾਜ ਹੁੰਦਾ ਕਿ ਕਿਸੇ ਕੋਈ ਮਾਹਰ ਬੰਦਾ ਜੋ ਪਸ਼ੂਆਂ ਦੇ ਪੈਰ ਬਣਾਉਂਦਾ ਹੈ, ਉਹਨੂੰ ਬੁਲਾ ਕੇ ਪਸ਼ੂਆਂ ਦੇ ਪੈਰ ਬਣਾ ਦਿਓ, ਸਾਫ਼ ਕਰਵਾ ਦਿਓ, ਉਸ ਤੋਂ ਬਾਅਦ ਡੀਜ਼ਲ ਦੀ ਵਰਤੋਂ ਕਰੋ ਅਤੇ ਕੱਚੇ ਥਾਂ 'ਤੇ ਬੰਨੋ, ਇਹਦੇ ਨਾਲ ਪਸ਼ੂਆਂ ਦੇ ਪੈਰ ਸਹੀ ਹੋ ਜਾਣਗੇ ਜੀ ਅਤੇ ਦੁੱਧ ਵੀ ਵਧਣਾ ਸ਼ੁਰੂ ਹੋ ਜਾਊਗਾ। ਧੰਨਵਾਦ ਦੋਸਤੋ, ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ।